हाँ जी दोस्तों, सत श्री अकाल। अज आपां तैयार करांगे जी चौलां वाले पकौड़े। साडे बहुत ही प्यारे दोस्तां मित्रां दी एक फरमाइश सी कि चौलां वाले पकौड़िया बारे दस्या जावे। उबले हुए थोड़े जे आपां चौल लेने ने, जिन्नी आपां नूं पकौड़िया की जरूरत है उस हिसाब नाल आपां कुछ उबले हुए चौल लेने ने। ते अगे तुहानूं पूरी विधि दसदे आं किवें आपां स्वादिष्ट लाजवाब इस तरह के पकौड़े तैयार कर सकते हैं कि तुहानूं ਕਿਤੇ ਵੀ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਘਰ ਦੀ ਖਾਸ ਕਰਕੇ ਬਣੇ ਹੋਏ ਪਕੌੜੇ ਨੇ, ਇਹ ਚੀਜ਼ਾਂ ਬਾਹਰ ਆਪਾਂ ਨੂੰ ਬਹੁਤ ਹੀ ਘੱਟ ਮਿਲਦੀਆਂ ਨੇ। ਸੋ ਆਓ ਦੋਸਤੋ, ਕਰੀਏ ਤਿਆਰ ਫਿਰ ਇਹ ਪਕੌੜੇ। ਤਿਆਰ ਕਿਵੇਂ ਕਰਨੇ ਨੇ ਅਤੇ ਇਹ ਸਾਰਾ ਸਮਾਨ ਜਿਹੜਾ ਤੁਹਾਨੂੰ ਦਿਖਾਵਾਂਗੇ ਇਹਨਾਂ ਪਕੌੜਿਆਂ ਦੇ ਵਿੱਚ ਜਿਹੜਾ ਵਰਤਿਆ ਜਾਣਾ, ਜਿਸ ਸਮੱਗਰੀ ਨਾਲ ਇਹ ਪਕੌੜੇ ਤਿਆਰ ਹੋਣੇ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਅਤੇ ਆਪਾਂ ਨੂੰ ਕਿਤੋਂ ਵੀ ਬਾਜ਼ਾਰ ਦੇ ਵਿੱਚੋਂ ਸਪੈਸ਼ਲ ਜਾਣ ਦੀ ਲੋੜ ਨਹੀਂ, ਇਹ ਸਮੱਗਰੀ ਵਾਸਤੇ ਇਹ ਸਾਰਾ ਸਮਾਨ ਪਿਆ ਹੋਇਆ। ਇਹ ਦੋਸਤੋ ਉਬਲੇ ਹੋਏ ਚੌਲਾਂ ਦੀ ਕਟੋਰੀ ਹੈ। ਅਤੇ ਇਸੇ ਤਰ੍ਹਾਂ ਆਪਾਂ ਥੋੜ੍ਹਾ ਬੇਸਣ ਲੈ ਲੈਣਾ ਜਿਵੇਂ ਤੁਸੀਂ ਕਟੋਰੀ 'ਚ ਵੇਖ ਰਹੇ ਹੋ। ਇਸ ਦੇ ਨਾਲ ਨਾਲ ਕੱਟੇ ਹੋਏ ਆਲੂ, ਕੱਟਿਆ ਹੋਇਆ ਬਰੀਕ ਪਿਆਜ਼, ਧਨੀਆ ਹਰਾ, ਇਸ ਦੇ ਨਾਲ ਨਾਲ ਜਿਵੇਂ ਆਪਾਂ ਥੋੜ੍ਹਾ ਨਮਕ ਲੈ ਲੈਣਾ ਆਪਣੇ ਲੋੜ ਮੁਤਾਬਕ, ਲਾਲ ਮਿਰਚ, ਹਲਦੀ, ਅਤੇ ਇਸ ਤੋਂ ਇਲਾਵਾ ਜੀਰਾ, ਇਸ ਦੇ ਨਾਲ ਨਾਲ ਕਾਲੀ ਮਿਰਚ ਵਗੈਰਾ ਜਿਵੇਂ ਤੁਹਾਨੂੰ ਇਹ ਦਿਖਾਇਆ ਜਾ ਰਿਹਾ। ਇਹ ਸਾਰੀ ਸਮੱਗਰੀ ਆਪਾਂ ਤਿਆਰ ਕਰਕੇ ਪਹਿਲਾਂ ਕੋਲ ਰੱਖ ਲੈਣੀ ਹੈ। ਸਭ ਤੋਂ ਪਹਿਲਾਂ ਆਪਾਂ ਉਬਲੇ ਹੋਏ ਚੌਲਾਂ ਨੂੰ ਇੱਕ ਬਰਤਨ ਦੇ ਵਿੱਚ ਪਾ ਰਹੇ ਹਾਂ। ਇਹ ਤੁਸੀਂ ਵੇਖ ਰਹੇ ਹੋ ਇਹ ਉਬਲੇ ਹੋਏ ਚੌਲ ਆਪਾਂ ਇਸ ਬਰਤਨ ਦੇ ਵਿੱਚ ਪਾਏ ਨੇ। ਹੁਣ ਆਪਾਂ ਪਾਵਾਂਗੇ ਇਸ ਦੇ ਵਿੱਚ ਵੇਸਣ। ਵੇਸਣ ਵੀ ਦੋਸਤੋ ਆਪਾਂ ਆਪਣੀ ਲੋੜ ਮੁਤਾਬਕ ਇਸ ਨੂੰ ਵਧਾਇਆ ਘਟਾਇਆ ਜਾ ਸਕਦਾ। ਅਤੇ ਬਾਕੀ ਚੀਜ਼ਾਂ ਵੀ ਆਪਾਂ ਇਸੇ ਤਰ੍ਹਾਂ ਹੀ ਤਰਤੀਬਵਾਰ ਇਸ ਦੇ ਵਿੱਚ ਪਾ ਦਿੰਦੇ ਹਾਂ। ਇਹ ਆਪਾਂ ਪਿਆਜ਼ ਪਾ ਰਹੇ ਹਾਂ ਅਤੇ ਇਸ ਤੋਂ ਬਾਅਦ 'ਚ ਆਪਾਂ ਪਾਉਂਦੇ ਹਾਂ ਆਲੂ ਕੱਟੇ ਹੋਏ। ਇਹ ਵੀ ਬਰੀਕ ਬਰੀਕ ਕੱਟਣੇ ਨੇ ਅਤੇ ਬਹੁਤ ਜ਼ਿਆਦਾ ਬਰੀਕ ਸਾਨੂੰ ਨਹੀਂ ਰੱਖਣੇ ਚਾਹੀਦੇ ਕਿਉਂਕਿ ਤੇਲ ਦੇ ਵਿੱਚ ਕਈ ਵਾਰੀ ਬਹੁਤ ਜ਼ਿਆਦਾ ਸੜ ਜਾਂਦੇ ਨੇ ਅਤੇ ਇਹਨਾਂ ਦਾ ਜਿਹੜਾ ਸਵਾਦ ਹੈ ਪਕੌੜਿਆਂ ਦਾ ਉਹ ਕਈ ਵਾਰੀ ਥੋੜ੍ਹਾ ਬਦਲ ਜਾਂਦਾ। ਅਤੇ ਹੁਣ ਜਿਹੜੀ ਆਪਾਂ ਸਮੱਗਰੀ ਪਾਈ ਹੈ ਬਰਤਨ ਦੇ ਵਿੱਚ, ਇਸ ਦੇ ਵਿੱਚ ਆਪਾਂ ਲੋੜ ਮੁਤਾਬਕ ਲੂਣ ਪਾਉਣਾ ਕਿਉਂਕਿ ਕੁਛ ਲੋਕਾਂ ਨੂੰ ਵਧੇਰੇ ਲੂਣ ਪਸੰਦ ਹੁੰਦਾ, ਕਈਆਂ ਨੂੰ ਘੱਟ ਨਮਕ ਪਸੰਦ ਹੁੰਦਾ। ਅਤੇ ਇਸੇ ਤਰ੍ਹਾਂ ਹੀ ਲਾਲ ਮਿਰਚਾਂ ਦਾ ਮਾਮਲਾ, ਇਹ ਵੀ ਆਪਾਂ ਆਪਣੀ ਲੋੜ ਮੁਤਾਬਕ ਆਪਾਂ ਪਾਉਣੀ ਹੈ। ਅਤੇ ਹਲਦੀ ਵੀ ਆਪਾਂ ਥੋੜ੍ਹੀ ਜਿਹੀ ਇਸ ਦੇ ਵਿੱਚ ਜ਼ਰੂਰ ਪਾਉਣੀ ਹੈ। ਅਤੇ ਇਸ ਦੇ ਨਾਲ ਹੀ ਜਿਵੇਂ ਜੀਰਾ ਹੋ ਗਿਆ ਅਤੇ ਕਾਲੀ ਮਿਰਚ ਦਾ ਜਿਹੜਾ ਪਾਊਡਰ ਹੈ ਇਹ ਵੀ ਆਪਾਂ ਲੋੜ ਮੁਤਾਬਕ ਹੀ ਪਾਉਣਾ। ਅਤੇ ਜਿੱਥੇ ਇਹ ਸਵਾਦ ਵਧੀਆ ਬਣਾਉਂਦੀ ਹੈ ਕਾਲੀ ਮਿਰਚ, ਉੱਥੇ ਹੀ ਸਿਹਤ ਵਰਧਕ ਜੜੀਆਂ ਬੂਟੀਆਂ ਦੇ ਵਿੱਚ ਆਉਂਦੇ ਨੇ ਜਿਵੇਂ ਜੀਰੇ, ਇਸ ਤੋਂ ਇਲਾਵਾ ਕਾਲੀ ਮਿਰਚ, ਸੁੰਡ, ਅਜਵਾਇਣ। ਸੋ ਇਹ ਕਾਫੀ ਚੀਜ਼ਾਂ ਨੇ ਜਿਹੜੀਆਂ ਆਪਾਂ ਵਰਤ ਸਕਦੇ ਹਾਂ। ਪਰ ਇਸ ਸਮੱਗਰੀ ਨੂੰ ਬਣਾਉਂਦੇ ਹੋਏ ਆਪਾਂ ਸੁੰਡ ਵਗੈਰਾ ਤੋਂ ਸੰਕੋਚ ਕਰਨਾ, ਉਹ ਸਿਰਫ ਤੁਹਾਡੇ ਨਾਲ ਇੱਕ ਗੱਲਬਾਤ ਦੇ ਵਿੱਚ ਦੱਸਿਆ ਜਾ ਰਿਹਾ ਕਿ ਆਪਾਂ ਜੜੀਆਂ ਬੂਟੀਆਂ ਜਿਹੜੀਆਂ ਨੇ ਇਹ ਆਪਾਂ ਨੂੰ ਰਸੋਈ ਦੇ ਵਿੱਚ ਹਰ ਵੇਲੇ ਰਹਿਣ, ਤਾਂ ਫਿਰ ਡਾਕਟਰਾਂ ਕੋਲ ਜਾਣ ਦੀ ਵੀ ਲੋੜ ਬਹੁਤ ਹੀ ਘੱਟ ਪੈਂਦੀ ਹੈ। ਅਤੇ ਹੁਣ ਜਿਹੜੀ ਆਪਾਂ ਸਮੱਗਰੀ ਬਰਤਨ ਦੇ ਵਿੱਚ ਪਾਈ ਸੀ ਇਸ ਨੂੰ ਆਪਾਂ ਮਿਕਸ ਕਰ ਲੈਣਾ ਜਿਵੇਂ ਆਟਾ ਗੁੰਨੀ ਦਾ। ਅਤੇ ਖਾਸ ਕਰਕੇ ਭੈਣਾਂ ਨੂੰ ਬੇਨਤੀ ਹੈ ਜਾਂ ਜਿਹੜੇ ਬੱਚੇ ਸਾਡੇ ਸਟੂਡੈਂਟ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਨੇ ਇਸ ਵੀਡੀਓ ਨੂੰ ਵੇਖ ਕੇ ਉਹ ਸਮੱਗਰੀ ਤਿਆਰ ਕਰਨਗੇ, ਇਹ ਪਕੌੜੇ ਤਿਆਰ ਕਰਨਾ ਚਾਹੁਣਗੇ, ਉਹਨਾਂ ਨੂੰ ਬੇਨਤੀ ਹੈ ਕਿ ਜਿਹੜਾ ਪਾਣੀ ਹੈ ਜਦੋਂ ਆਪਾਂ ਇਸ ਨੂੰ ਮਿਕਸ ਕਰਨਾ, ਪਹਿਲਾਂ ਹੀ ਆਪਾਂ ਪਾਣੀ ਮਾਮੂਲੀ ਜਿਹਾ ਪਾਉਣਾ ਤਾਂ ਕਿ ਇਹ ਜਿਹੜਾ ਸਮੱਗਰੀ ਹੈ ਸਾਰੀ ਇਹ ਪਤਲੀ ਨਾ ਹੋ ਜਾਵੇ ਜ਼ਿਆਦਾ। ਅਤੇ ਹੌਲੀ ਹੌਲੀ ਗੁੰਨਦੇ ਜਾਣਾ ਅਤੇ ਲੋੜ ਮੁਤਾਬਕ ਜਿੱਥੇ ਵੀ ਸਾਨੂੰ ਲੋੜ ਪੈਂਦੀ ਹੈ ਉੱਥੇ ਹਲਕਾ ਜਿਹਾ ਆਪਾਂ ਪਾਣੀ ਦੇ ਵਿੱਚ ਸਿਰਫ ਹੱਥ ਡਬੋ ਕੇ ਜਾਂ ਇੱਕ ਦੋ ਬੂੰਦਾਂ ਜਿਹੜੀਆਂ ਨੇ ਹੱਥ ਦੇ ਉੱਪਰ ਪਾ ਕੇ ਇਸ ਤਰ੍ਹਾਂ ਆਪਾਂ ਇਹ ਚੈੱਕ ਕਰਦੇ ਰਹਿਣਾ ਇਸ ਨੂੰ ਮਿਕਸ ਕਰਦੇ ਸਮੇਂ। ਅਤੇ ਹੁਣ ਦੋਸਤੋ ਆਪਾਂ ਇਹ ਸਮੱਗਰੀ ਲਿਆਂਦੀ ਹੈ ਮਿਕਸ ਕੀਤੀ ਹੋਈ ਅਤੇ ਜਿਵੇਂ ਤੁਸੀਂ ਵੇਖ ਰਹੇ ਹੋ ਆਪਾਂ ਛੋਟੇ ਛੋਟੇ ਟੁਕੜੇ ਬਣਾ ਲੈਣੇ ਨੇ, ਨੇੜੇ ਕੋਈ ਭਾਂਡੇ ਦੇ ਵਿੱਚ ਆਪਾਂ ਰੱਖਦੇ ਜਾਣਾ ਪਹਿਲਾਂ। ਅਤੇ ਤੇਲ ਵੀ ਆਪਾਂ ਨਾਲੋਂ ਨਾਲ ਇਸ ਸਰ੍ਹੋਂ ਦਾ ਤੇਲ ਵਰਤਿਆ ਜਾ ਰਿਹਾ ਇਸ ਦੇ ਵਿੱਚ ਪੂਰੀ ਤਰ੍ਹਾਂ ਤੇਲ ਨੂੰ ਗਰਮ ਕਰਕੇ, ਉਸ ਤੋਂ ਬਾਅਦ 'ਚ ਇਹ ਪਕੌੜਿਆਂ ਦੀ ਬਣਾਉਣ ਵਾਸਤੇ ਜਿਹੜੀ ਸਮੱਗਰੀ ਸੀ ਆਪਾਂ ਉਸ ਦੇ ਵਿੱਚ ਪਾ ਦਿੱਤੀ ਹੈ। ਅਤੇ ਦੋਸਤੋ ਇਹ ਗਰੰਟੀ ਹੈ ਕਿ ਜਦੋਂ ਵੀ ਤੁਸੀਂ ਇਸ ਤਰੀਕੇ ਨਾਲ ਪਕੌੜੇ ਤਿਆਰ ਕਰੋਗੇ ਤਾਂ ਇਹ
ਤੁਸੀਂ ਜ਼ਰੂਰ ਇੱਕ ਵਾਰੀ ਤੁਹਾਨੂੰ ਇਹ ਜ਼ਰੂਰ ਮਹਿਸੂਸ ਹੋਵੇਗਾ ਕਿ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਕਿਸੇ ਵੀ ਹੋਟਲ ਦੇ ਵਿੱਚ ਵਧੀਆ ਤੋਂ ਵਧੀਆ ਹੋਟਲ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦੇ ਪਕੌੜੇ ਨਹੀਂ ਖਾਧੇ ਹੋਣਗੇ, ਇੰਨੇ ਸਵਾਦਿਸ਼ਟ ਨੇ। ਅਤੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਭੈਣਾਂ ਦਾ, ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇਸ ਵੀਡੀਓ ਨੂੰ ਬਣਾਉਣ ਵਾਸਤੇ ਪ੍ਰੇਰਿਤ ਕੀਤਾ। ਅਤੇ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਰਹਿੰਦੇ ਨੇ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ, ਚੈਨਲ ਨੂੰ ਵੀ ਬਹੁਤ ਪਿਆਰ ਕਰਦੇ ਨੇ। ਅਤੇ ਆਪਾਂ ਨਾਲੋਂ ਨਾਲ ਪਕੌੜੇ ਵੀ ਬਣਾਉਂਦੇ ਚੱਲਦੇ ਹਾਂ, ਜਿਵੇਂ ਆਪਾਂ ਪਹਿਲਾਂ ਕੁਛ ਇਹ ਟੁਕੜੇ ਕੀਤੇ ਸਨ ਪਕੌੜਿਆਂ ਵਾਸਤੇ ਅਤੇ ਉਹ ਪਾ ਦਿੱਤੇ ਹਨ ਵਿੱਚ, ਅਤੇ ਇਸੇ ਤਰ੍ਹਾਂ ਆਪਾਂ ਆਪਣੀ ਲੋੜ ਮੁਤਾਬਕ ਬਣਾਉਂਦੇ ਜਾਣਾ। ਅਤੇ ਇਹ ਸਮੱਗਰੀ ਜਿਹੜੀ ਹੈ ਆਪਾਂ ਤਿਆਰ ਕਰ ਲੈਣੇ ਨੇ ਪਕੌੜੇ, ਇਹ ਤੁਸੀਂ ਵੇਖ ਸਕਦੇ ਹੋ। ਅਤੇ ਦੋਸਤੋ ਪਕੌੜੇ ਆਪਣੇ ਬਣ ਕੇ ਤਿਆਰ ਹੋ ਗਏ ਨੇ, ਥੋੜ੍ਹੀ ਜਿਹੀ ਆਪਾਂ ਚਟਨੀ ਲਈ ਹੈ ਅਤੇ ਆਪਾਂ ਆਪਣੀ ਲੋੜ ਮੁਤਾਬਕ ਜਿਨ੍ਹਾਂ ਨੂੰ ਨਿੰਬੂ ਉੱਪਰ ਪਾਉਣਾ ਪਸੰਦ ਹੈ ਉਹ ਨਿੰਬੂ ਦੀ ਵਰਤੋਂ ਕਰ ਸਕਦੇ ਨੇ, ਜਾਂ ਕੋਈ ਹੋਰ ਆਪਾਂ ਕਈ ਵਾਰੀ ਇਸ ਦੇ ਨਾਲ ਕੱਟੀਆਂ ਹੋਈਆਂ ਹਰੀਆਂ ਸਬਜ਼ੀਆਂ ਦੇ ਵਿੱਚੋਂ ਵੀ ਬਰੀਕ ਕੱਟ ਕੇ ਆਪਾਂ ਇਸ ਦੇ ਨਾਲ ਵਰਤੋਂ ਕਰ ਸਕਦੇ ਹਾਂ। ਅਤੇ ਇਸ ਦੇ ਨਾਲ ਹੀ ਦੋਸਤੋ ਇੱਕ ਬੇਨਤੀ ਹੈ, ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਆਪਣੇ ਭੈਣ ਭਰਾਵਾਂ ਨਾਲ, ਖਾਸ ਕਰਕੇ ਬੱਚਿਆਂ ਨਾਲ, ਸਾਡੀਆਂ ਬੱਚੀਆਂ ਜਿਹੜੀਆਂ ਨੇ ਨਵੇਂ ਖਾਣ ਪਕਵਾਨ ਬਣਾਉਣਾ ਜਿਹੜੀਆਂ ਸਿੱਖਦੀਆਂ ਨੇ ਸਿੱਖ ਰਹੀਆਂ ਨੇ, ਉਹਨਾਂ ਨੂੰ ਬੜੀ ਉਤਸੁਕਤਾ ਰਹਿੰਦੀ ਹੈ ਕਿ ਇੱਕ ਵਧੀਆ ਡਿਸ਼ ਤਿਆਰ ਕੀਤੀ ਜਾਵੇ। ਸੋ ਉਹਨਾਂ ਨੂੰ ਵੀ ਸਿਖਾਓ ਅਤੇ ਆਪ ਵੀ ਖਾਓ ਅਤੇ ਆਪਣੇ ਪਿਆਰੇ ਪਿਆਰੇ ਬੱਚਿਆਂ, ਦੋਸਤਾਂ, ਮਿੱਤਰਾਂ ਨੂੰ ਵੀ ਖਵਾਓ।